ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਅੱਜ ਅਸੀਂ ਲੈਸਨ ਨੰਬਰ 2 ਬਾਰੇ ਗੱਲ ਕਰਾਂਗੇ, ਅਤੇ ਲੈਸਨ ਨੰਬਰ 2 ਅਗਰ ਤੁਸੀਂ ਲੱਭਣਾ ਹੋਵੇ ਤਾਂ ਸਾਡੀ ਵੈਬਸਾਈਟ itapunjabi.com ਉੱਤੇ ਜਾਓ, ਅਤੇ ਉੱਥੇ ਤੁਹਾਨੂੰ ਤਕਰੀਬਨ ਇਸ ਤਰ੍ਹਾਂ ਦੀ ਨਿਊਜ਼ਾਂ ਦਿਸਣੀਆਂ ਜੀ। ਇਹਨਾਂ ਨੂੰ ਸਾਰਿਆਂ ਨੂੰ ਛੱਡ ਕੇ ਲੈਫਟ ਸਾਈਡ 'ਤੇ ਆ ਜਿੱਥੇ 3 ਡੰਡੇ ਮੀਨੂ ਆ ਜੀ, ਇਹਨਾਂ 'ਤੇ ਕਲਿੱਕ ਕਰੋ। ਲੈਸਨ ਫਿਲਹਾਲ ਇਹਦੇ ਵਿੱਚ ਸਿਰਫ 5 ਲੈਸਨ ਲਿਖਤੀ ਰੂਪ 'ਤੇ ਪਾਏ, ਆਪਾਂ ਹੌਲੀ ਹੌਲੀ ਹੋਰ ਪਾਈ ਜਾਣੇ ਆ ਜੀ। ਅਤੇ ਤੁਸੀਂ ਜਾਣਾ ਲੈਸਨ ਨੰਬਰ 2 ਉੱਤੇ। ਇਟਾਲੀਅਨ ਇਨ ਪੰਜਾਬੀ ਲੈਸਨ 2, ਠੀਕ ਹੈ ਜੀ। ਅਤੇ ਅੱਜ ਗੱਲ ਸ਼ੁਰੂ ਕਰਦੇ ਹਾਂ। ਕਾਰਲੋ ਅਤੇ ਰੋਸ਼ੀ ਆਪਸ ਵਿੱਚ ਗੱਲ ਕਰ ਰਹੇ ਆ ਜੀ। ਬੋਨਜੋਰਨੋ, ਬੋਨਜੋਰਨੋ ਹੁੰਦਾ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਜਾਂ ਤਰ੍ਹਾਂ ਅਸੀਂ ਸਤਿ ਸ਼੍ਰੀ ਅਕਾਲ ਦੀ ਤਰ੍ਹਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਈਓ ਮੀ ਕਿਆਮੋ ਕਾਰਲੋ, ਮੇਰਾ ਨਾਮ ਕਾਰਲੋ ਹੈ। ਇਹ ਤੂੰ, ਇਹਦਾ ਮਤਲਬ ਵੀ ਮੇਰਾ ਨਾਮ ਕਾਰਲੋ, ਇਹ ਤੂੰ ਜਾਣੀ, ਇਹ ਤੂੰ ਇੱਥੇ ਵਰਤਿਆ ਗਿਆ ਵੀ ਤੁਹਾਡਾ ਨਾਮ ਕੀ ਆ। ਜਿੱਦਾਂ ਕਹਿ ਦਿੰਦੇ ਹਾਂ ਵੀ ਮੈਂ ਠੀਕ ਹਾਂ, ਇਹ ਉਸ ਤੋਂ ਬੇ ਨੇ, ਇਹ ਤੂੰ, ਉਹ ਹੁੰਦਾ ਵੀ ਮੈਂ ਠੀਕ ਹਾਂ ਅਤੇ ਤੁਸੀਂ ਕਿੱਦਾਂ। ਜਿਹੜੀ ਗੱਲ ਅਸੀਂ ਕਹਿ ਕੇ, ਜੋ ਵੀ ਗੱਲ ਅਸੀਂ ਇਹ ਤੂੰ ਤੋਂ ਪਹਿਲਾਂ ਜਿਹੜੀ ਵੀ ਗੱਲ ਅਸੀਂ ਕਹਿੰਦੇ ਹਾਂ ਨਾ, ਉਹਦਾ ਮਤਲਬ ਉਹੀ ਅਸੀਂ ਤੁਹਾਨੂੰ ਪੁੱਛ ਰਹੇ ਹਾਂ। ਰੋਸ਼ੀ ਕਹਿੰਦਾ ਜੀ, ਈਓ ਮੀ ਕਿਆਮ ਰੋਸ਼ੀ, ਮੀ ਹੁੰਦਾ ਮੇਰਾ, ਬਾਅਦ 'ਚ ਮੀ ਤੀ ਚੀ, ਇਹ ਅੱਗੇ ਅਸੀਂ ਗੱਲ ਕਰਾਂਗੇ ਕਿ ਮੇਰਾ ਨਾਮ ਕਿਆਮੋ ਹੁੰਦਾ, ਮਰਵ ਦੀ ਫਾਰਮ ਆ ਕਿਆ ਮਾਰੇ, ਮੇਰਾ ਨਾਮ ਆ ਰੋਸ਼ੀ। ਪਿਆਚੇਰੇ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਪਿਆਚੇਰੇ ਮੀ ਓ, ਕਿ ਮੈਨੂੰ ਵੀ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ। ਦੀ ਦੋਵੇ ਸ਼ਈ, ਦੋਵੇ ਕਿੱਥੋਂ, ਸ਼ਈ ਤੁਸੀਂ, ਦੀਪ ਤੁਸੀਂ ਕਿੱਥੇ ਰਹਿੰਦੇ ਹੋ, ਤੁਸੀਂ ਕਿੱਥੇ ਦੇ ਹੋ। ਰੋਸ਼ੀ ਕਹਿੰਦਾ ਜੀ ਇੰਡੀਆ, ਜ਼ੋਨਾ ਪੰਜਾਬ, ਇਹ ਤੂੰ, ਫਿਰ ਮੈਂ ਇੰਡੀਆ ਦਾ ਹਾਂ ਪੰਜਾਬ ਦੇ ਜ਼ੋਨ ਤੋਂ, ਅਤੇ ਤੁਸੀਂ ਕਿੱਥੋਂ ਦੇ ਆ, ਜਾਂ ਇੱਦਾਂ ਵੀ ਤੁਸੀਂ ਕਹਿ ਰਹੇ ਸੋਨੂ ਦਲ ਇੰਡੀਆ, ਜਾਂ ਸੋਨੂ ਦਲ ਵੈਂਗੋ ਦਲ ਇੰਡੀਆ, ਪਰ ਸੌਖਾ ਰੱਖੋ ਇੰਡੀਆ ਜ਼ੋਨਾ ਪੰਜਾਬ, ਸੌਖੇ ਤਰੀਕੇ ਨਾਲ ਸਾਨੂੰ ਇਟਾਲੀਅਨ ਸਿਖਾ ਰਹੇ ਹਾਂ ਕਿ ਬਾਅਦ ਵਿੱਚ ਕੋਈ ਪ੍ਰੋਬਲਮ ਨਾ ਆਵੇ ਜੀ। ਕਾਰਲੋ ਉਹ ਤੋਂ ਬਾਅਦ ਕੀ ਕਹਿੰਦਾ ਹੈ ਜੀ, ਈਓ ਸੋਨੂ ਇਟਾਲੀਆਨੋ, ਫਿਰ ਮੈਂ ਇਟਾਲੀਅਨ ਹਾਂ। ਇੱਥੇ ਜਿੱਥੇ ਇੰਡੀਆ ਲਿਖਿਆ ਨਾ, ਇੱਥੇ ਇੱਦਾਂ ਵੀ ਕਹਿ ਸਕਦੇ ਹਾਂ ਈਓ ਸੋਨੂ ਇੰਡੀਆਨੋ, ਠੀਕ ਹੈ ਨਾ। ਤੁਹਾਨੂੰ ਮੈਂ 2 ਅਲੱਗ ਅਲੱਗ ਚੀਜ਼ਾਂ ਦੱਸੀਆਂ ਵੀ ਤੁਸੀਂ ਅਲੱਗ ਅਲੱਗ ਤਰੀਕੇ ਨਾਲ ਕਿਸ ਹਿਸਾਬ ਨਾਲ ਕਹਿ ਸਕਦੇ ਹਾਂ। ਜਿੱਦਾਂ ਇਹਨੇ ਲਿਖਿਆ ਈਓ ਸੋਨੂ ਇਟਾਲੀਆਨੋ, ਇਹਦੇ ਵਿੱਚ ਈਓ ਸੋਨੂ ਇੰਡੀਆਨੋ, ਈਓ ਸੋਨੂ ਪਾਕਿਸਤਾਨੋ, ਜਾਂ ਫਿਰ ਜਿਹੜੀ ਵੀ ਕੰਟਰੀ ਹੈਗੀ ਉਸ ਕੰਟਰੀ ਦਾ ਇੱਥੇ ਨਾਂ ਲਿਖੇ। ਦੀ ਕ੍ਰੇਮੋਨਾ, ਇੱਥੇ ਲਿਖੇ ਦੀ ਪੰਜਾਬ, ਜਾਂ ਜ਼ੋਨਾ ਪੰਜਾਬ। ਤੁਹਾਨੂੰ 2 ਅਲੱਗ ਤਰੀਕਿਆਂ ਨਾਲ ਜਾਣ ਕੇ ਲਿਖ ਕੇ ਦੱਸਿਆ ਕਿ ਤੁਹਾਨੂੰ ਜਿਹੜੀ ਚੀਜ਼ ਸਹੀ ਲੱਗੇ, ਦੋਵੇਂ ਚੀਜ਼ਾਂ ਸਹੀ ਆ, ਅਤੇ ਤੁਸੀਂ ਜਿਹੜੀ ਚੀਜ਼ ਤੁਹਾਨੂੰ ਸਹੀ ਲੱਗੇ ਤੁਸੀਂ ਉਹ ਕਹਿ ਸਕਦੇ ਹਾਂ ਜੀ। ਫਿਰ ਰੋਸ਼ੀ ਨੂੰ ਪੁੱਛਦਾ ਲੂਈ, ਜਾਣੀ ਉਹ ਤੀਜਾ ਬੰਦਾ, ਲੂਈ ਹੁੰਦਾ ਹਮੇਸ਼ਾ ਤੀਜਾ ਬੰਦਾ। ਕੋਮੇ ਸੀ ਕਿਆਮਾ, ਹੁਣ ਤੁਸੀਂ ਇਹ ਦੇਖੋ ਬਰਫ ਦੀ ਫਾਰਮ ਆ ਜਿਹੜੀ ਕਿਆ ਮਾਰੇ, ਈ ਓ ਕਿਆਮੋ ਤੂੰ ਕਿਆਮੀ, ਉਹ ਉਹਦੇ ਲਈ ਕਿਆ ਸੀ ਕਿਆਮਾ, ਠੀਕ ਹੈ ਜੀ। ਫਿਰ ਉਸ ਬੰਦੇ ਦਾ ਬਰਫ ਦੀਆਂ ਫਾਰਮਾਂ ਬਾਰੇ ਤੁਹਾਨੂੰ ਹੌਲੀ ਹੌਲੀ ਵਿਸਤਾਰ ਨਾਲ ਦੱਸਾਂਗੇ। ਜਿੱਦਾਂ ਉਹ ਮੇਰੇ ਲਈ ਆਈ ਜਦੋਂ ਪਿੱਛੇ 'ਚ ਲੱਗਦਾ ਤੇਰੇ ਲਈ, ਜਦੋਂ ਐਂਡ 'ਤੇ ਆ ਖਤਮ ਹੁੰਦਾ ਨਾ, ਏ ਖਤਮ ਹੁੰਦੀ ਹੈ, ਉਹ ਹੁੰਦਾ ਤੀਜੇ ਬੰਦੇ ਲਈ। ਇਹ ਤੁਹਾਨੂੰ ਅਗਲੇ ਜਿਹੜੇ ਆਪਣੇ ਲੈਸਨ ਆਉਣ ਵਾਲੇ ਹੋਣੇ ਉਹਨਾਂ ਦੇ ਵਿੱਚ ਤੁਹਾਨੂੰ ਵਿਸਤਾਰ ਨਾਲ ਸਾਰੀਆਂ ਚੀਜ਼ਾਂ ਦੱਸਿਆ ਕਰਦੀਆਂ। ਫਿਲਹਾਲ ਤੁਸੀਂ ਇਹ ਦੇਖੋ ਵੀ ਲੂਈ ਸੀ ਕਿਆਮਾ, ਕੋਮੇ ਸੀ ਕਿਆਮਾ, ਵੀ ਉਸ ਬੰਦੇ ਦਾ ਨਾਮ ਕੀ ਹੈ। ਮੰਨ ਲਓ ਤੁਸੀਂ ਕਿਸੇ ਵੀ ਬੰਦੇ ਨੂੰ ਪੁੱਛਣਾ ਕਿ ਬਈ ਜਿਹੜਾ ਤੇਰੇ ਨਾਲਾ ਤੁਰਿਆ ਫਿਰਦਾ, ਇਹਦਾ ਨਾਮ ਕੀ ਹੈ, ਤੁਰਿਆ ਫਿਰਦਾ ਨਹੀਂ ਜਾਣੀ, ਉਹ ਜਿਹੜਾ ਉਹਦੇ ਨਾਲ ਬੰਦਾ ਤੁਰਿਆ ਉਹਦਾ ਨਾਂ ਕੀ ਹੈ, ਲੂਈ ਕੋਮੇ ਸੀ ਕਿਆਮਾ। ਜੇ ਉਹਦੀ ਜਗ੍ਹਾ ਕੋਈ ਕੁੜੀ ਹੁੰਦੀ ਤਾਂ ਉੱਥੇ ਹੋਣਾ ਸੀਗਾ ਲੈਈ ਕੋਮੇ ਸੀ ਕਿਆਮਾ, ਠੀਕ ਹੈ ਜੀ। ਲੂਈ ਬੰਦਿਆਂ ਲਈ ਤੀਜਾ ਪਰਸਨ, ਲੈਈ ਤੀਮਿਆਂ ਲਈ ਤੀਜਾ ਪਰਸਨ, ਅਤੇ ਲੈਈ ਜ਼ਿਆਦਾਤਰ ਅਸੀਂ ਜਦੋਂ ਜ਼ਿਆਦਾ ਆਪਾਂ ਕਿਸੇ ਨੂੰ ਰਿਸਪੈਕਟ ਨਾਲ ਗੱਲ ਕਰਨੀ ਹੋਵੇ ਨਾ, ਅਤੇ ਉਸ ਬੋਨਾਸ਼ੇਰਾ ਲੈਈ ਕੋਮੇ ਸੀ ਕਿਆਮਾ, ਉੱਥੇ ਲੈਈ ਹੁੰਦਾ ਵੀ ਤੁਸੀਂ ਕਿਸੇ ਨੂੰ ਨਹੀਂ ਕਹਿ ਰਹੇ, ਜਿੱਦਾਂ ਅਸੀਂ ਮੋਢਲੇ ਬੰਦੇ ਨੂੰ ਰਿਸਪੈਕਟ ਦੇਣ ਲਈ ਵਰਤ ਸਕਦੇ ਹਾਂ। ਇਹ ਵੀ ਅਗਲੇ ਐਪੀਸੋਡ ਆਉਣ ਵਾਲੇ ਐਪੀਸੋਡਾਂ ਵਿੱਚ ਦੱਸਾਂਗੇ ਜੋ ਰਿਸਪੈਕਟ। ਜ਼ਿਆਦਾਤਰ ਤੁਸੀਂ ਇਹ ਦੇਖੋ ਜੀ, ਲੂਈ ਬੰਦੇ ਲਈ ਤੀਜਾ ਪਰਸਨ, ਲਈ ਤੀਵੀਂ ਲਈ, ਅਤੇ ਜਿਹੜੀ ਰਿਸਪੈਕਟ ਵਾਲੀ ਲਈ ਆ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਲੂਈ ਸਿਕਿਆਮਾ ਵੇਰਦੀ, ਵੀ ਉਹਦਾ ਨਾਂ ਹਰੀ ਆ, ਵੇਰਦੀ ਦਾ ਮਤਲਬ ਇੰਡੀਆ 'ਚ ਹਰੀ ਹੁੰਦਾ, ਮੇਰੇ ਹਿਸਾਬ ਨਾਲ ਹੈਰੀ ਰੱਖ ਲਓ ਜਾਂ ਹਰੀ ਭਾਰ ਰੱਖ ਲਓ, ਜੋ ਵੀ ਤੁਸੀਂ ਰੱਖਣਾ। ਰੋਸ਼ੀ ਲਾਲ, ਰੋਸ਼ੀ ਹਾਂਜੀ, ਅਤੇ
ਇਹ ਨਾਮ ਆ ਜਿਹੜੇ ਇਟਾਲੀਅਨ ਦੇ, ਵੈਸੇ ਰੋਸੀ, ਬਿਰਦੀ, ਬਿਆਂਕੀ, ਇੱਦਾਂ ਦੇ, ਬਰੂਨੋ, ਜਿੱਦਾਂ ਬਰੂਨੋ ਭੂਰਾ, ਇੱਦਾਂ ਦੇ ਨਾਮ ਆ, ਅਸੀਂ ਨੋਰਮਲ ਨਾਮ ਰੱਖੇ ਆ ਜੀ ਇਹ ਕਿਸੇ। ਤੁਸੀਂ ਇੱਥੇ ਕੋਈ ਵੀ ਪੰਜਾਬੀ ਨਾਮ ਰੱਖ ਸਕਦੇ ਹੋ, ਲੂਈ ਸੀ ਕਹਿਵਾਂ, ਮਨਜਿੰਦਰ, ਲੂਈ ਸੀ ਕਹਿਵਾਂ, ਬਲਜੀਤ, ਜੋ ਵੀ ਤੁਹਾਡਾ ਨਾਮ ਦਿਮਾਗ ਵਿੱਚ ਆਉਂਦਾ ਤੁਸੀਂ ਰੱਖ ਸਕਦੇ ਹੋ। ਦੀ ਦੋਵੇ, ਫਿਰ ਉਹ ਕਿੱਥੇ ਦਾ, ਜਿੱਦਾਂ ਲਿਖਿਆ ਨਾ ਦੀ ਦੋਵੇ ਸ਼ਾਈ, ਫਿਰ ਤੂੰ ਕਿੱਥੇ ਦਾ, ਜੇ ਪੁੱਛਣਾ ਹੋਵੇ ਉਹ ਕਿੱਥੇ ਦਾ, ਦੀ ਦੋਵੇ ਹੈ, ਫਿਰ ਉਹ ਦੀ ਦੋਵੇ, ਫਿਰ ਉਹ ਕਿੱਥੇ ਦਾ। ਹੁਣ ਕਾਰਲ ਨੂੰ ਸਮਝ ਨਹੀਂ ਲੱਗੀ ਵੀ ਉਹਨੇ ਕੀ ਪੁੱਛਿਆ, ਉਹ ਕਹਿੰਦਾ ਕੋਵੇਂ, ਵੀ ਕਿੱਦਾਂ, ਜਿੱਦਾਂ ਕਹਿੰਦਾ ਕਿੱਦਾਂ ਕਿੱਦਾਂ, ਉਹ ਕਹਿੰਦੇ ਕੋਵੇਂ, ਨੋਨ ਔਖ ਪੀ ਤੋ ਸਕੂਜ਼ਾ, ਨੋਨ ਨਹੀਂ, ਔਖ ਪੀ ਤੋ ਸਮਝ ਲੱਗੀ, ਜਾਣੀ ਮੈਨੂੰ, ਸਕੂਜ਼ਾ ਸੋਰੀ, ਵੀ ਕਿੱਦਾਂ ਕਿੱਦਾਂ ਜੀ, ਮੈਨੂੰ ਸਮਝ ਨਹੀਂ ਲੱਗੀ ਤੁਸੀਂ ਮੈਨੂੰ ਕੀ ਪੁੱਛਿਆ, ਨੋਨ ਔਖ ਪੀ ਤੋ ਸਕੂਜ਼ਾ। ਰੋਸ਼ੀ ਕਹਿੰਦਾ ਦੀ ਦੋਵੇ ਲੂਈ, ਕਿ ਉਹ ਕਿੱਥੇ ਦਾ ਆ। ਹੁਣ ਤੁਸੀਂ ਇਹਦੇ ਵਿੱਚ ਅਤੇ ਇਹਦੇ ਵਿੱਚ ਫਰਕ ਦੇਖੋ, ਦੀ ਦੋਵੇ ਅਤੇ ਦੀ ਦੋਵੇ ਲੂਈ ਸੇਮ ਟੂ ਸੇਮ ਇੱਕੋ ਗੱਲ ਆ। ਅਗਰ ਇਹਦੇ ਵਿੱਚ ਸਿਰਫ ਐ ਵੀ ਲਾਈਏ ਤਾਂ ਲੂਈ ਦੇ ਲਾਉਣ ਦੀ ਲੋੜ ਨਹੀਂ ਹੈਗੀ। ਜਿੱਦਾਂ ਇਹਦੇ ਵਿੱਚ ਆਪਾਂ ਉੱਤੇ ਦੇਖਿਆ ਦੀ ਦੋਵੇ ਸ਼ੈ, ਇਹਦੇ ਪਿੱਛੇ ਆਪਾਂ ਤੂੰ ਨਹੀਂ ਲਾਇਆ, ਠੀਕ ਆ ਨਾ, ਉਸ ਹੀ ਹਿਸਾਬ ਨਾਲ ਇਹਦੇ ਨਾਲ ਉਹਨੇ ਲੂਈ ਨਹੀਂ ਲਾਇਆ। ਤੁਹਾਨੂੰ ਇਹ ਸਮਝ ਆਉਣਾ ਚਾਹੀਦਾ ਵੀ ਇਹ ਤੀਜੇ ਬੰਦੇ ਦੀ ਗੱਲ ਕਰ ਰਿਹਾ, ਠੀਕ ਆ ਜੀ। ਦੀ ਦੋਵੇ ਲੂਈ, ਵੀ ਉਹ ਕਿੱਥੇ ਦਾ, ਕਹਿੰਦਾ ਹਾਂ ਠੀਕ ਆ, ਹੁਣ ਸਮਝ ਲੱਗੇ, ਲੂਈ ਹੈ ਪਾਕਿਸਤਾਨ, ਠੀਕ ਆ ਜੀ। ਇਹ ਸੀਗਾ ਆਪਣਾ ਅੱਜ ਦਾ ਛੋਟਾ ਜਿਹਾ ਭਾਗ। ਸੋ ਇਹ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵਧੀਆ ਲੱਗਿਆ ਹੋਊਗਾ, ਅਤੇ ਹੁਣ ਐਕਸਰਸਾਈਜ਼ਾਂ ਵੱਲ ਚੱਲਦੇ ਹਾਂ ਇੰਨੀ ਛੇਤੀ। ਖੁਸ਼ ਨਾ ਹੋਵੋ ਜੀ, ਸਭ ਤੋਂ ਪਹਿਲੀ ਸਵਾਲ ਦਾ ਜਵਾਬ, ਕੌਣ ਕੀ ਸਤਾ ਪਰਲਾਨ ਤੋਂ ਕਰ ਲਓ, ਪਹਿਲਾ ਸਵਾਲ ਜੀ। ਕਾਰਲੋ ਕਿਹਦੇ ਨਾਲ ਗੱਲ ਕਰ ਰਿਹਾ, ਕੌਣ ਹੁੰਦਾ ਕਿਸ ਨਾਲ, ਕੀ ਹੁੰਦਾ ਕੌਣ, ਸਤਾ ਪਰਲਾਨ ਤੋਂ ਗੱਲ ਕਰ ਰਿਹਾ ਕਾਰਲੋ, ਕਿ ਕਾਰਲੋ ਕਿਸ ਨਾਲ ਗੱਲ ਕਰ ਰਿਹਾ, ਠੀਕ ਹੈ ਜੀ। ਦੀ ਦੋਵੇ ਰੋਸੀ, ਰੋਸੀ ਕਿੱਥੇ ਦੇ ਰਹਿਣ ਵਾਲਾ ਆ, ਦੀ ਦੋਵੇ ਵੇਰਦੀ, ਵੇਰਦੀ ਕਿੱਥੇ ਦੇ ਰਹਿਣ ਵਾਲਾ, ਦੀ ਦੋਵੇ ਕਾਰਲੋ, ਕਾਰਲੋ ਰੋਸੀ ਅਤੇ ਵੇਰਦੀ ਕਿੱਥੇ ਕਿੱਥੇ ਰਹਿਣ ਵਾਲੇ ਆ, ਇਹ ਵਾਲੇ ਤੁਸੀਂ ਇਹਦੇ ਵਿੱਚ ਤੁਸੀਂ ਫੋਟੋ ਖਿੱਚ ਲਓ, ਛੋਟਾ ਕਰ ਦੇਣਾ ਫਿਲਹਾਲ, ਇਸ ਚੀਜ਼ ਦਾ ਸਕਰੀਨਸ਼ੋਟ ਕਰ ਲਓ, ਇਸ ਸਕਰੀਨ ਇਸ ਚੀਜ਼ ਦੀ ਫੋਟੋ ਖਿੱਚ ਲਓ, ਜਾਂ ਆਪਣੀ ਤੁਸੀਂ ਡਾਇਰੀ ਕਾਪੀ 'ਤੇ ਜੋ ਵੀ ਕਰਨਾ ਚਾਹੁੰਦੇ ਲਿਖ ਕੇ, ਜਾਂ ਫਿਰ ਇਹਨੂੰ ਦੁਬਾਰਾ ਪਿੱਛੇ ਨੂੰ ਜਾ ਕੇ ਇਸ ਚੀਜ਼ ਨੂੰ ਦੇਖ ਕੇ ਜਿਹੜੇ ਇਹਨੇ ਸਵਾਲ ਪੁੱਛੇ ਆ, ਪਹਿਲਾ ਸਵਾਲ ਆ ਕਾਰਲੋ ਕਿਹਦੇ ਨਾਲ ਗੱਲ ਕਰ ਰਿਹਾ, ਠੀਕ ਆ ਜੀ। ਇਹਦੇ ਵਿੱਚ ਤੁਸੀਂ ਦੇਖੋ ਕਾਰਲੋ ਕਿਸ ਨਾਲ ਗੱਲ ਕਰ ਰਿਹਾ, ਠੀਕ ਆ ਜੀ। ਉਹ ਤੋਂ ਬਾਅਦ ਉਹਨੇ ਪੁੱਛਿਆ ਰੋਸੀ ਕਿੱਥੇ ਰਹਿੰਦਾ, ਦੀ ਦੋਵੇ ਰੋਸੀ, ਦੀ ਦੋਵੇ ਵੇਰਦੀ, ਕਿੱਥੇ ਦਾ ਰੋਸੀ ਹੈ, ਕਿੱਥੇ ਦਾ ਵੇਰਦੀ ਹੈ, ਅਤੇ ਕਿੱਥੇ ਦਾ ਕਾਰਲੋ ਹੈ। ਐਕਸਰਸਾਈਜ਼ ਨੰਬਰ 2, ਸਾਨੂੰ ਇੱਕੋ ਵੀਡੀਓ ਦੱਸ ਦਿੰਦਾ ਜੀ, ਲਾਈਨਾਂ ਨੂੰ ਪੂਰਾ ਕਰਨਾ ਜੀ, ਲਾਈਨ ਪੂਰੀ ਕਰਨੀ ਹੈ ਜੀ। ਕਾਰਲੋ ਕਹਿੰਦਾ ਕੁਛ ਕਿਹਾ, ਉਸ ਤੋਂ ਬਾਅਦ ਕਹਿੰਦਾ ਇਓ ਮੀ, ਮੇਰਾ, ਕਾਰਲੋ ਇਹ ਤੂੰ, ਇਹ ਜਿਹੜੀਆਂ ਡੈਸ਼ਾਂ ਨਾ, ਇਹਨਾਂ ਨੂੰ ਤੁਸੀਂ ਇਹਦੇ ਉੱਤੇ ਅਗਰ ਤੁਸੀਂ ਚਾਹੋ ਤਾਂ ਇਹਨਾਂ ਨੂੰ ਦੇਖ ਕੇ ਤੁਸੀਂ ਜਾਂ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਪੜ੍ਹ ਲਿਓ, ਚੰਗੀ ਤਰ੍ਹਾਂ ਇਹਨੂੰ ਦੇਖ ਲਿਓ ਵੀ ਕੀ ਕਿਸ ਚੀਜ਼ ਦਾ ਕੀ ਮਤਲਬ ਆ, ਅਤੇ ਉਸ ਤੋਂ ਬਾਅਦ ਆ ਜਿਹੜੀਆਂ ਡੈਸ਼ਾਂ ਨੂੰ ਕੋਸ਼ਿਸ਼ ਕਰਿਓ ਕਿ ਬਿਨਾਂ ਉੱਤੇ ਦੇਖੇ ਭਰਨ ਦੀ ਕੋਸ਼ਿਸ਼ ਕਰਿਓ, ਠੀਕ ਆ ਨਾ ਜੀ। ਮੀਓ, ਉਹ ਤੇਰੀ, ਦੀ ਸ਼ੈ, ਜਾਣੀ ਤੂੰ ਕਿੱਥੇ ਦਾ ਆ, ਮੈਂ ਇੰਡੀਆ ਦਾ ਅਤੇ ਪੰਜਾਬੀ ਹਾਂ, ਤੂੰ, ਮੈਂ ਇਟਾਲੀਅਨ ਹਾਂ, ਮੈਂ ਫਲਾਨੀ ਜਗ੍ਹਾ ਦਾ, ਆਪਣੇ ਸਵਾਦ ਅਨੁਸਾਰ ਆਪਣੀ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਉਸ ਸਾਨੂੰ ਤੁਸੀਂ ਇੱਥੇ ਲਿਖ ਸਕਦੇ ਹਾਂ ਜੀ। ਉਸੇ ਹਿਸਾਬ ਨਾਲ ਰੂਸੀ ਨੇ ਪੁੱਛਿਆ ਸਾਰੀਆਂ ਗੱਲਾਂ ਜਿੱਦਾਂ ਹੈਗੀਆਂ, ਦੋਵੇ, ਨੌਨ, ਸਕੂਜ਼ਾ, ਦੀ ਲੂਈ, ਕਪੀ ਤੋਂ ਪਾਕਿਸਤਾਨ, ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹਾਂ। ਤੀਜੀ ਐਕਸਰਸਾਈਜ਼, ਲਾਈਨ ਨੂੰ ਸਹੀ ਕਰਕੇ ਲਿਖਣਾ, ਇਹਨੂੰ ਥੋੜ੍ਹੀ ਜਿਹੀ ਛੋਟੀ ਕਰ ਲਵਾਂ, ਓਕੇ, ਥੋੜ੍ਹੀ ਜਿਹੀ ਹੋਰ ਛੋਟੀ, ਅਗਰ ਤੁਹਾਨੂੰ ਦੇਖਣ ਵਿੱਚ ਸੀ ਰੋਸੀ ਲੂਈ ਕਿਆਮਾ ਐ ਫਿਰੈਂਸੇ ਇੰਡੀਆ ਨੂੰ ਦੀ, ਪਹਿਲੀ ਲਾਈਨ 'ਚ ਮੈਂ ਤੁਹਾਨੂੰ ਹੈਲਪ ਕਰ ਸਕਦਾ, ਮੇਰੇ ਹਿਸਾਬ ਨਾਲ ਹੋਣਾ ਲੂਈ, ਮੇਰੇ ਹਿਸਾਬ ਨਾਲ ਇੱਦਾਂ ਹੋਣਾ ਲੂਈ ਸੀ ਕਿਆਮਾ ਰੋਸੀ, ਲੂਈ ਸੀ, ਲੂਈ ਸੀ ਕਿਆਮਾ ਰੋਸੀ ਐ ਇੰਡੀਆ ਨੂੰ ਦੀ ਫਿਰੈਂਸੇ, ਇਹ ਇੰਡੀਆ ਨੂੰ ਦੀ ਫਰੈਂਸ, ਹਾਂ ਇਹਦੇ ਹਿਸਾਬ ਨਾਲ। ਹੁਣ ਤੁਸੀਂ ਇੱਧਰ ਦੇਖ ਲਓ, ਕਾਰਲੋ ਕਿਆਮਾ ਦੀ ਸੀ ਇੰਡੀਆ ਲੈ ਇੰਡੀਆ ਨੂੰ ਐ, ਕਿਸ ਹਿਸਾਬ ਨਾਲ ਤੁਹਾਨੂੰ ਲੱਗਦਾ ਵੀ ਲਾਈਨ ਸਹੀ ਹੋਊਗੀ,
ਤੁਸੀਂ ਸਾਡੀ ਯੂਟਿਊਬ ਦੀ ਕਮੈਂਟ ਨੇ ਜਾਂ ਸਾਡੀ ਵੈਬਸਾਈਟ ਦੀ ਕਮੈਂਟ ਸੈਕਸ਼ਨ ਆ ਜਿਹੜਾ ਆ ਵਾਲਾ, ਇਹਦੇ ਵਿੱਚ ਤੁਸੀਂ ਸਾਨੂੰ ਕਮੈਂਟ ਕਰਕੇ ਪੋਸਟ ਕਮੈਂਟ ਕਰ ਲੈਂਦੇ ਹਾਂ। ਜਦੋਂ ਤੁਸੀਂ ਪੋਸਟ ਕਮੈਂਟ ਕਰਦੇ ਹਾਂ ਤਾਂ ਇਹਦੇ 'ਤੇ ਨੋਟੀਫਾਈ ਮੀ ਈਮੇਲ ਜ਼ਰੂਰ ਕਰਿਓ ਕਿ ਜਦੋਂ ਤੁਹਾਡਾ ਰਿਪਲਾਈ ਮਿਲੇ ਤਾਂ ਤੁਹਾਨੂੰ ਈਮੇਲ ਆ ਜਾਏ। ਅਤੇ ਜਦੋਂ ਤੁਸੀਂ ਕਮੈਂਟ ਕਰਤਾ ਉਸ ਤੋਂ ਬਾਅਦ ਪੋਸਟ ਕਮੈਂਟ ਆਪਾਂ ਕਰਦੇ ਹਾਂ ਨਾ, ਜੇ ਪੋਸਟ ਕਮੈਂਟ ਤੋਂ ਬਾਅਦ ਸਾਨੂੰ ਇਹ ਕਈ ਵਾਰ ਇਹ ਮੈਨੂੰ ਪੁੱਛਣ 'ਚ ਆਇਆ, ਕਹਿੰਦੇ ਜੀ ਜਿਹੜਾ ਸਾਡਾ ਸਾਡੀ ਪੋਸਟ ਆ ਸਾਡੀ ਪੋਸਟ ਨਹੀਂ ਹੁੰਦੀ, ਅਗਰ ਸਾਨੂੰ ਆਹ ਮੈਸੇਜ ਦੇਖਦਾ ਨਾ ਆਹ ਥੈਂਕ ਯੂ ਫੋਰ ਤੁਸੀਂ ਸਾਡੀ ਈਮੇਲ ਕਰਤੀ, ਆਪਾਂ ਰਿਵਿਊ ਕਰਕੇ ਤੁਹਾਨੂੰ ਦੱਸਾਂਗੇ, ਇਹਦਾ ਮਤਲਬ ਤੁਹਾਡੀ ਪੋਸਟ ਹੋ ਗਈ ਹੈ। ਫਿਲਹਾਲ ਉਸੇ ਟਾਈਮ ਤੁਹਾਡੀ ਪੋਸਟ ਇੱਥੇ ਸ਼ੋ ਨਹੀਂ ਹੋਣੀ, ਤਕਰੀਬਨ ਅੱਧੇ ਘੰਟੇ ਪੌਣੇ ਘੰਟੇ ਦੇ ਵਿੱਚ ਵਿੱਚ ਸ਼ੋ ਹੋ ਜਾਂਦੀ ਹੈ। ਅਸੀਂ ਸੀਗੇ ਇੱਥੇ ਜੀ ਕੁਲਵੀਰ ਕਰਮੋਨਾ ਐ ਕਿਆਮਾ ਲੂਈਸੀ ਇੰਡੀਆ ਦੀ ਰੋਸੀ ਫਿਰੈਂਸੇ ਮੀ ਇੰਡੀਆ ਨੂੰ, ਜਾਣੀ ਰੋਸੀ ਫਿਰੈਂਸੇ ਮੇਰਾ ਇੰਡੀਅਨ ਮੈਂ ਹਾਂ ਫਿਰੈਂਸੇ ਨਾਮ ਇਸ ਹਿਸਾਬ ਦੇ ਨਾਲ। ਅਤੇ ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਭਾਗ ਸੌਖਾ ਹੀ, ਹੋ ਸਕਦਾ ਤੁਹਾਨੂੰ ਥੋੜ੍ਹਾ ਜਿਹਾ ਬੋਰਿੰਗ ਲੱਗਿਆ ਹੋਵੇ, ਕਿਉਂਕਿ ਇਟਾਲੀਅਨ ਸਿੱਖਣਾ, ਇਟਾਲੀਅਨ ਨਹੀਂ ਕੋਈ ਵੀ ਭਾਸ਼ਾ ਨੂੰ ਸਿੱਖਣਾ ਕਿਸੇ ਵੀ ਨੌਲੇਜ ਵਾਲੀ ਗੱਲ ਕਈ ਵੇਲੇ ਇੱਦਾਂ ਹੁੰਦੀ ਹੈ ਫਿਰ ਸਾਨੂੰ ਥੋੜ੍ਹੀ ਜਿਹੀ ਬੋਰਿੰਗ ਲੱਗ ਸਕਦੀ ਆ। ਅਗਰ ਤੁਹਾਨੂੰ ਸਾਡਾ ਭਾਗ ਵਧੀਆ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਸੀਂ ਅੱਗੇ ਦੇਵੋਗੇ ਹੋਰ ਤੁਹਾਨੂੰ ਭਾਗ ਜ਼ਰੂਰ ਬਣਾਵਾਂਗੇ, ਆ ਉਹਨੂੰ ਤੋਂ ਲੈ ਕੇ ਬੀ ਉਹਨੂੰ ਤੱਕ ਤੁਹਾਨੂੰ ਲੈ ਕੇ ਚੱਲਾਂਗੇ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾ ਪੰਜਾਬੀ, ਸਾਡੀ ਵੈਬਸਾਈਟ ਹੈ ਜੀ ITA ਪੰਜਾਬੀ ਇਟਾ ਪੰਜਾਬੀ .com।